ਸਤਿ ਸ੍ਰੀ ਅਕਾਲ ਜੀ। ਰਜਿੰਦਰ ਵਾਲੀਆ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ। ਪਿਆਰੇ ਦਰਸ਼ਕੋ, ਕੈਨੇਡਾ ਨੇ ਵਿਦੇਸ਼ੀਆਂ ਉੱਤੇ 2 ਸਾਲ ਲਈ ਲਾਤੀ ਪਾਬੰਦੀ ਕਿ ਉਹ ਮਕਾਨ ਜਾਂ ਜਾਇਦਾਦ ਕੈਨੇਡਾ 'ਚ ਨਹੀਂ ਖਰੀਦ ਸਕਦੇ। ਪਾਬੰਦੀ ਪਹਿਲਾਂ ਲੱਗੀ ਹੈ, 2 ਸਾਲ ਲਈ ਵਿਧਾਤੀ ਕਹਿ ਲਓ, ਅਤੇ ਪੰਜਾਬੀਆਂ 'ਤੇ ਵੀ ਅਸਰ ਪਏਗਾ ਜੇ ਬਾਕੀਆਂ 'ਤੇ ਪਏਗਾ, ਇਹਦੀ ਅੱਜ ਆਪਾਂ ਗੱਲ ਕਰਨੀ ਹੈ। ਅਤੇ ਨਾਲ ਇਹ ਦੇਖਣਾ ਹੈ ਕਿ ਅਸੀਂ ਅਣਚਾਹੇ ਮਹਿਮਾਨ ਜੇ ਕਿਉਂ ਬਣ ਰਹੇ ਹਾਂ, ਕਿਤੇ ਸਾਡੀਆਂ ਵੀ ਕੁਛ ਗਲਤੀਆਂ ਹੈ। ਅਸੀਂ ਅੱਜ ਉਹਨਾਂ ਦਾ ਜ਼ਿਕਰ ਯਾਨੀ ਸਵੈ ਪੜਚੋਲ ਕਰਾਂਗੇ ਆਪਾਂ ਅੱਜ। ਅਤੇ ਲੇਕਿਨ ਉਸ ਤੋਂ ਪਹਿਲਾਂ ਇੱਕ ਵਾਰ ਫਿਰ ਉਹੀ ਅਪੀਲ ਕਿ ਭਾਈ, ਜੇ ਤੁਸੀਂ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਨਾ, ਤਾਂ ਪਲੀਜ਼ ਕਰ ਲਵੋ। ਦੇਖੋ, ਮੈਂ ਜਿਹੜੀ ਅੱਜ ਗੱਲ ਕਰਨੀ ਹੈ, ਮੈਂ ਸੱਚਮੁੱਚ ਇਹ ਕਹਿਣਾ ਹੈ ਕਿ ਬਹੁਤ ਮਿਹਨਤ ਕੀਤੀ। ਮੈਂ 10 ਦੇ ਵਿੱਚ ਇੱਕ ਕਿਤਾਬ ਲਿਖੀ ਸੀ, ਮੇਰੀ ਕਨੇਡਾ ਯਾਤਰਾ। ਮੈਂ ਟ੍ਰੈਵਲੋਗ ਲਿਖਿਆ, 2 ਲਿਖੇ ਸੀ, ਇੱਕ ਛਪਿਆ ਹੋਇਆ, ਦੂਜਾ ਵੀ ਕਿਤੇ ਛਪਿਆ ਪਰ ਅੱਜ ਕੱਲ੍ਹ ਅਵੇਲੇਬਲ ਨਹੀਂ। ਆਸਟ੍ਰੇਲੀਆ ਜਦੋਂ ਮੈਂ ਗਿਆ 2005 'ਚ ਗਿਆ ਸੀ, ਮੈਂ ਇਹਨਾਂ ਟ੍ਰੈਵਲੋਗ ਦੇ ਵਿੱਚ ਜਿਹੜੀ ਗੱਲ ਕੀਤੀ ਸੀ, ਬਹੁਤ ਪ੍ਰਸ਼ੰਸਾ ਕੀਤੀ ਸਾਡੇ ਜਿਹੜੇ ਪੰਜਾਬੀ ਉੱਥੇ ਗਏ ਅਤੇ ਉਹਨਾਂ ਨੇ ਤਰੱਕੀ ਕੀਤੀ, ਖਾਸ ਤੌਰ 'ਤੇ ਸਿਆਸਤ 'ਚ ਤਰੱਕੀ ਕੀਤੀ, ਫਿਰ ਬਿਜ਼ਨਸ 'ਚ ਤਰੱਕੀ ਕੀਤੀ। ਉਹਨਾਂ ਦਾ ਮੈਂ ਜ਼ਿਕਰ ਕੀਤਾ, ਉਹਨਾਂ ਨਾਲ ਕੁਛ ਨਾ ਇੰਟਰਵਿਊਜ਼ ਕੀਤੀਆਂ, ਫੋਟੋਆਂ ਲਾਈਆਂ, ਸਾਰਾ ਕੁਛ ਕੀਤਾ। ਬਹੁਤ ਚੰਗਾ ਲੱਗਿਆ ਮੈਨੂੰ, ਮਾਣ ਹੋਇਆ ਕਿ ਪੰਜਾਬੀ ਜਿੱਥੇ ਜਾਂਦੇ ਨੇ। ਉਹ ਚੰਗਾ ਪੱਖ ਸੀ ਭਾਈ, ਜੇ ਚੰਗਾ ਪੱਖ ਹੈ ਤਾਂ ਮਾੜਾ ਪੱਖ 'ਤੇ ਵੀ ਤਾਂ ਆਪਾਂ ਗੱਲ ਕਰ ਸਕਦੇ ਹਾਂ ਜਾਂ ਕਰਨੀ ਚਾਹੀਦੀ ਹੈ। ਹੁਣ ਜਦੋਂ ਮੈਂ ਇਹ ਦੇਖ ਰਿਹਾ ਸੀ ਜਿਹੜਾ ਕੈਨੇਡਾ ਦੇ ਪਾਬੰਦੀ ਲਾਈ, ਵਧਾਈ, ਹੁਣ ਇਹ ਇਸ ਕਰਕੇ ਵਧਾਈ ਹੈ ਨਾ ਕਿ ਮਕਾਨ ਤਾਂ ਮਿਲ ਨਹੀਂ ਰਹੇ, ਇੰਟਰਨੈਸ਼ਨਲ ਸਟੂਡੈਂਟ ਵੱਡੀ ਗਿਣਤੀ 'ਚ ਪਹੁੰਚ ਗਏ ਉੱਥੇ। ਜਦੋਂ ਇੰਟਰਨੈਸ਼ਨਲ ਸਟੂਡੈਂਟ ਉੱਥੇ ਵੱਡੀ ਗਿਣਤੀ 'ਚ ਪਹੁੰਚੇ, ਬੇਸਮੈਂਟ ਵੀ ਨਹੀਂ ਮਿਲ ਰਹੀ ਆ, ਔਰ ਜਿਹੜੇ ਕੈਨੇਡੀਅਨ ਲੋਕ ਨੇ ਉਹਨਾਂ ਦਾ ਸਿਸਟਮ ਆਪਣੇ ਵਾਂਗੂ ਪੈਸੇ ਜੋੜਨਾ ਜਾਂ ਮਕਾਨ ਬਣਾਉਣਾ ਨਹੀਂ, ਉਹ ਦੁਖੀ ਹੁੰਦੇ ਨੇ ਬਹੁਤ ਥਾਵਾਂ 'ਤੇ। ਅਸੀਂ ਕਿਹੜਾ ਨਹੀਂ ਦੁਖੀ ਹੁੰਦੇ ਜਦੋਂ ਕੋਈ ਅਸੀਂ ਦੇਖਦੇ ਹਾਂ ਵੀ ਇਹ ਪ੍ਰਵਾਸੀ ਹੈ ਜਿਹਨੂੰ ਅਸੀਂ ਭਈਆ ਕਹਿ ਦਿੰਦੇ, ਭਈਆ ਇੰਨਾ ਤਰੱਕੀ ਕਰ ਗਿਆ ਬਈ, ਹੈਂ, ਆਹ ਠੇਕੇਦਾਰ ਬਣ ਗਿਆ, ਆਹ ਦੇਖੋ ਕਿਹੜੀ ਗੱਡੀ ਲੈ ਜਾਂਦਾ, ਆਹ ਕੱਲ੍ਹ ਆਏ ਸੀ ਮਜ਼ਦੂਰੀ ਕਰਦੇ, ਕਿ ਅਸੀਂ ਵੀ ਤਾਂ ਕਹਿੰਦੇ ਹਾਂ। ਤਾਂ ਕਈ ਬੰਦੇ ਤਾਂ ਸਾਡੇ ਵੱਡੇ ਵੱਡੇ ਰਾਈਟਰ ਇਹਨਾਂ ਦੇ ਖਿਲਾਫ਼ ਬੋਲਦੇ ਸੀ, ਹੁਣ ਵੀ ਕਈ ਬੋਲ ਲੈਂਦੇ ਨੇ ਵੀ ਇਹਨਾਂ ਨੂੰ ਭਜਾਓ, ਪਰ ਅਸੀਂ ਕਿੱਥੇ ਭਜਾ ਸਕਦੇ, ਸਾਡਾ ਕੰਮ ਨਹੀਂ ਇਹਨਾਂ ਬਿਨਾਂ ਚੱਲਦਾ। ਬਿਲਕੁਲ ਉਸੇ ਤਰ੍ਹਾਂ ਕੈਨੇਡਾ ਦਾ ਕੰਮ ਵੀ ਨਹੀਂ ਸਾਡੇ ਬਿਨਾਂ ਚੱਲਦਾ, ਪਰ ਇੱਕ ਸਿਸਟਮ ਹੁੰਦਾ, ਕਾਨੂੰਨ ਹੁੰਦੇ ਨੇ, ਕਿਸੇ ਲੈਂਡ ਆਫ ਲਾਅ ਹੁੰਦਾ, ਅਸੀਂ ਉਹਨਾਂ ਨੂੰ ਤੋੜਨਾ ਸ਼ੁਰੂ ਕੀਤਾ, ਇਹ ਤਾਂ ਮੰਨਣਾ ਪਊਗਾ। ਅਸੀਂ ਦੁਰਵਰਤੋਂ ਕਰਨੀ ਸ਼ੁਰੂ ਕੀਤੀ ਕਾਨੂੰਨਾਂ ਦੀ, ਆ ਜਿਹੜੇ ਮਕਾਨਾਂ 'ਤੇ ਪਾਬੰਦੀ ਲੱਗੀ ਉਹਦੇ 'ਚ ਅਸੀਂ ਦੁਰਵਰਤੋਂ ਬਹੁਤ ਕਰਦੇ। ਸਾਡੇ ਜਿਹੜੇ ਮੌਰਗੇਜ ਕਰਦੇ ਨੇ ਉਹ ਕੀ ਕਰਦੇ ਨੇ, ਕੀ ਸਹੀ ਹੁੰਦੀ ਹੈ? ਜੇ ਸਹੀ ਅਰਥ ਕੇਸ ਤਾਂ ਅਸੀਂ ਫਰੋਡ ਕਰ ਰਹੇ ਹਾਂ। ਅਸੀਂ ਉਹਨਾਂ ਨੂੰ ਜਿਸ ਤਰੀਕੇ ਨਾਲ ਦਵਾ ਰਹੇ ਹੈ, ਗਲਤ ਸਰਟੀਫਿਕੇਟ, ਫਰਜ਼ੀ ਸਰਟੀਫਿਕੇਟ ਲਵਾ ਕੇ ਬੈਂਕਾਂ ਨਾਲ ਮਿਲ ਕੇ ਬੜਾ ਕੁਛ ਅਸੀਂ ਜੋ ਅਸੀਂ ਇੱਥੇ ਸਿਸਟਮ 'ਚ ਕਰਦੇ ਸੀ ਉੱਥੇ ਕਰਨਾ ਸ਼ੁਰੂ ਕਰ ਲਿਆ। ਮਕਾਨ ਬਣਾਏ ਅਸੀਂ, ਪਰ ਇਹ 'ਚ ਕੋਈ ਸ਼ੱਕ ਨਹੀਂ, ਪਰ ਕਿਵੇਂ ਬਣਾਏ ਇਹ ਵੀ ਦੇਖਣ ਵਾਲੀ ਗੱਲ ਹੈ। ਚਲੋ, ਇਹ ਤਾਂ ਹੈ ਸਿਸਟਮ ਦੀ ਦੁਰਵਰਤੋਂ ਇਸ ਪੱਧਰ 'ਤੇ। ਅਸੀਂ ਉੱਥੇ ਜਿਹੜਾ ਕੁਛ ਪਹੁੰਚਣ ਲਈ ਕਰ ਰਹੇ ਹਾਂ ਉਹ ਕਿਹੜਾ ਦੁਰਵਰਤੋਂ ਨਹੀਂ ਹੈ? ਡੰਕੀ ਕੀ ਹੈ, ਦੁਰਵਰਤੋਂ ਨਹੀਂ ਹੈ? ਸ਼ੇਰ ਆਈਲੈਟਸ ਕਰਦੀ ਹੈ ਕੁੜੀ,
ਇੱਕ ਮੇਰਾ ਖਬਰਾਂ ਸੁਣ ਕੇ ਦੋਸਤ ਬਣਿਆ, ਫੈਨ ਕਹਿ ਲਓ, ਅਤੇ ਉਹਨੇ ਮੈਨੂੰ ਨਾ ਇੱਕ ਦਿਨ ਫੋਨ ਲਾਤਾ ਕਾਨਫਰੰਸ 'ਤੇ। ਪਲੱਸ ਟੂ ਪਾਸ ਕੁੜੀ ਜਿਹੜੀ ਆਈਲੈਟਸ 'ਚੋਂ 7 ਬੈਂਡ ਸੀ ਸ਼ਾਇਦ, ਅਤੇ ਉਹ ਗੱਲ ਕਰ ਰਹੀ ਹੈ, ਕਹਿੰਦੀ ਸਰ ਮੈਨੂੰ ਕੋਈ ਮੁੰਡਾ ਦੱਸੋ। ਆਪ ਗੱਲ ਕਰ ਰਹੀ ਹੈ, ਅਨਪੜ੍ਹ ਹੋਣਗੇ ਮਾਤਾ ਪਿਤਾ। ਕਹਿੰਦੀ ਮੈਂ ਵਿਆਹ ਕਰਾਉਣਾ, ਮੇਰਾ ਸਾਰਾ ਖਰਚਾ ਕਰੇ ਪੜ੍ਹਾਈ ਦਾ, ਮੈਂ ਬੁਲਾ ਲੂੰ ਉਹਨੂੰ ਉੱਥੇ। ਉਹ ਕਹਿੰਦਾ ਵਿਆਹ ਕਰਾਉਣਾ ਕਿ ਪੇਪਰ ਮੈਰਿਜ ਕਰਾਉਣੀ ਹੈ? ਕਹਿੰਦੀ ਕਮਾਲ ਕਰ ਦਿਓ, ਪੇਪਰ ਮੈਰਿਜ ਕਰਾਉਣੀ ਹੈ। ਕਹਿੰਦੀ ਬੁਲਾ ਲੂੰ ਉੱਥੇ, ਫਿਰ ਉਦੋਂ ਬਾਅਦ ਮੈਂ ਦੇਖੂੰਗੇ। ਮੈਂ ਕਹਿੰਦੀ ਇੱਕ ਦੋ ਬੰਦੇ ਬੁਲਾਉਣੇ ਨੇ, ਉਦੋਂ ਬਾਅਦ ਮੈਂ ਫਿਰ ਮੈਂ ਆਪਦਾ ਵਿਆਹ ਤਾਂ ਮੈਂ ਫਿਰ ਕਰਾਊਂ। ਜੇ ਅਸੀਂ ਪਲੱਸ ਟੂ ਤੋਂ ਬਾਅਦ ਇੰਨਾ ਸਿਆਣੀਆਂ ਕਰਤੀਆਂ ਕੁੜੀਆਂ, ਤਾਂ ਲਾਓ ਸਾਹਿਬ ਕੀ ਹੈ, ਇਹ ਦੁਰਵਰਤੋਂ ਨਹੀਂ ਹੈ? ਪੇਪਰ ਮੈਰਿਜ ਕੀ ਹੁੰਦੀ? ਸ਼ੁਰੂ 'ਚ ਵੀ ਤਾਂ ਅਸੀਂ ਇਹਨਾਂ ਦੇਖਦੇ ਕੌਣ ਕਿਹਦੇ ਨਾਲ ਵਿਆਹ, ਚਾਚੇ ਮਾਮੇ ਤਾਏ, ਇਸ ਦਾ ਪਰਵਾਹ ਹੀ ਨਹੀਂ ਕੀਤੀ। ਮੇਰੇ ਇੱਕ ਆਰਟੀਕਲ ਪਿਆ ਪੁਰਾਣਾ, ਔਰ ਉਹਦੇ 'ਚ ਮੈਂ ਕਿਹਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਵੀ ਅਤੇ ਮੇਰੀ ਵੀ ਝੂਠੀ ਗਵਾਹੀ। ਅਸਲ ਇੱਕ ਮੁੰਡੇ ਦੇ ਵਿਆਹ 'ਚ ਮੈਂ ਗਿਆ, ਮੈਨੂੰ ਨਹੀਂ ਪਤਾ ਸੀ, ਮੈਂ ਸ਼ਗਨ ਪਾਇਆ, ਅਤੇ ਪਰ ਉਹ ਜਦੋਂ ਮੈਂ ਦੇਖਿਆ ਵੀ ਉਹ ਕੁੜੀ ਤਾਂ ਕੋਈ ਹੋਰ ਹੈ, ਇਹ ਕੁੜੀ ਹੋਰ ਹੈ ਜਿਹੜੀ ਇੱਥੇ ਬੈਠੀ ਹੈ ਵਿਆਹ ਕਰਾਉਣ ਵਾਲੀ, ਉਹ ਕੁੜੀ ਨੂੰ ਮੈਂ ਕੈਨੇਡਾ ਮਿਲਿਆ ਸੀ, ਵਿਆਹ ਕਰਾਉਣ ਉਹਨਾਂ ਨੇ ਇੰਡੀਆ ਆਉਣਾ ਸੀ। ਅਤੇ ਮੈਂ ਖੈਰ ਜਦੋਂ ਥੋੜ੍ਹਾ ਜਿਹਾ ਮੈਨੂੰ ਲੱਗਿਆ ਸ਼ੱਕ, ਮੁੰਡੇ ਦੇ ਪਿਓ ਨੂੰ ਮੈਂ ਪੁੱਛਿਆ ਵੀ ਇਹ ਕੀ ਆ, ਵੀ ਤੂੰ ਮੈਨੂੰ ਬੁਲਾਇਆ, ਇਹ ਤਾਂ ਕੁਛ ਗੜਬੜ ਲੱਗਦੀ ਆ। ਉਹ ਕਹਿੰਦਾ ਯਾਰ ਛੱਡ ਤੂੰ, ਮੈਂ ਬਾਅਦ 'ਚ ਦੱਸੂ। ਉਹਨੇ ਦੱਸਿਆ, ਕਹਿੰਦਾ ਜੀ 25 ਲੱਖ 'ਚ ਤੈਅ ਹੋਇਆ ਸੌਦਾ, ਵਿਆਹ ਉੱਥੇ ਹੀ ਹੈ, ਕਹਿੰਦਾ ਪੁਰਾਣੀ ਵਾਲੀ ਨਾਲ ਹੈ, ਇਹਨੂੰ ਵੀ ਲੈ ਜੂ, ਕਹਿੰਦਾ ਚੱਲ ਖਰਚਾ ਨਿਕਲ ਜੂ। ਔਰ ਕਮਾਲ ਹੈ, ਉਹ ਆਇਆ, ਉਹ ਗੈਸਟ ਹਾਊਸ ਬੁੱਕ ਕਰਾਇਆ, ਸ਼ਿਮਲੇ ਗਿਆ, ਇੱਥੇ ਰਜਿਸਟ੍ਰੇਸ਼ਨ ਹੋਈ ਮੈਰਿਜ 'ਚ, ਇੱਥੇ ਸਾਡੀ ਇੱਜ਼ਤ ਥੋੜ੍ਹੀ। ਉਹਦੇ ਕਿਉਂਕਿ ਫੋਟੋਆਂ ਦੇਣੀਆਂ ਸੀ, ਹਨੀਮੂਨ ਦੀਆਂ ਫੋਟੋਆਂ ਵੀ ਗਈਆਂ, ਦੋਨੇ ਗਏ। ਕੌਣ ਕਹਿੰਦਾ ਜੀ, ਬੜੀ ਅਣਖ ਹੈ, ਅਣਖ ਹੈ, ਆਪ ਤੋਰੀ ਹੈ ਅਸੀਂ ਕੁੜੀ ਬਗਾਨੇ ਮੁੰਡੇ ਨਾਲ, ਮੁੰਡਾ ਬਾਣੀਆਂ ਦਾ ਕੁੜੀ ਜੱਟਾਂ ਦੀ, ਤੋ ਅਸੀਂ ਦੁਰਵਰਤੋਂ ਸ਼ੁਰੂ ਕਰ ਲਈ। ਇਹ ਵੀ ਤਾਂ ਆਪਾਂ ਨੂੰ ਦੇਖਣਾ ਪਏਗਾ ਨਾ। ਹੁਣ ਉਹਨਾਂ ਨੂੰ ਸਮਝ ਆ ਰਹੀ ਹੈ ਸਾਰੀਆਂ ਗੱਲਾਂ ਦੀ, ਵੀ ਹੋ ਕੀ ਰਿਹਾ, ਕਿਸ ਤਰੀਕੇ ਨਾਲ ਡੰਕੀ ਕਿਵੇਂ ਲੱਗਦੀ ਹੈ, ਵਿਆਹ ਕਰਾ ਕੇ ਕਿਵੇਂ ਆਉਂਦੇ ਨੇ। ਫਿਰ ਹੁਣ ਛੱਡੋ ਫਰਜ਼ੀ ਸਰਟੀਫਿਕੇਟ, ਦੁਕਾਨਾਂ ਖੁੱਲ੍ਹੀਆਂ ਪਈਆਂ ਨੇ ਵੀ ਤੁਸੀਂ ਇਹਦਾ ਸਰਟੀਫਿਕੇਟ ਲੈ ਜਾਓ ਜੇ ਵੀਜ਼ਾ ਲੈਣਾ, ਔਰ ਫਰਜ਼ੀ ਫਰਜ਼ੀ ਦਾਖਲੇ, ਫਰਜ਼ੀ ਸਰਟੀਫਿਕੇਟ, ਫਰਜ਼ੀ ਡਿਗਰੀਆਂ। ਫਿਰ ਇਹੀ ਕੰਮ ਇੱਥੇ ਕਰ ਲਿਆ, ਫਰਜ਼ੀ ਐਕਸੈਪਟੈਂਸ ਲੈਟਰ ਦੇ ਕੇ ਬੱਚੇ ਉੱਧਰ ਵੀਜ਼ੇ ਲਵਾ ਲਏ, ਬਾਅਦ 'ਚ ਪਤਾ ਲੱਗਿਆ ਜੀ ਕਹਿੰਦੇ ਅਸੀਂ ਵਰਕ ਪਰਮਿਟ ਨਹੀਂ ਦੇਣਾ। ਉਹ ਤਾਂ ਵੱਖਰੀ ਗੱਲ ਹੈ ਵੀ ਲੋਕਾਂ ਨੇ ਮਿਹਨਤ ਕੀਤੀ ਆ। ਮੈਂ ਦੇਖਿਆ ਬਿਕਰਮਜੀਤ ਸਿੰਘ ਸਾਹਨੀ ਨੇ ਆ ਜਿਹੜੇ 700 ਬੱਚਿਆਂ ਦਾ ਕੇਸ ਸੀ ਉਹਦੇ ਲਈ ਲੜਾਈ ਲੜੀ। ਤੋ ਇਹ ਸਾਰਾ ਜਿਹੜਾ ਸਿਸਟਮ ਹੈ ਉਹਦੇ 'ਚ ਸਾਨੂੰ, ਅਸੀਂ ਅਣਚਾਹੇ ਜਿਹੇ ਮਹਿਮਾਨ ਉੱਥੇ ਬਣ ਗਏ ਹੈ, ਸਾਡੀ ਛਵੀ ਜਿਹੜੀ ਖਰਾਬ ਹੋ ਗਈ ਆ ਉੱਥੇ, ਇਹ ਤਾਂ ਆਪਾਂ ਨੂੰ ਦੇਖਣਾ ਪਏਗਾ। ਫਿਰ ਇਕੱਲਾ ਇੱਥੇ ਨਹੀਂ, ਆ ਜਿਹੜੇ ਲੈਟਰ ਆਉਂਦੇ ਨੇ ਜੀ, ਵਾਂਟਡ ਬੰਦੇ ਨੇ, 10 ਬੰਦਿਆਂ ਦੀ ਲਿਸਟ ਆ, 7-8 ਪੰਜਾਬੀ ਗੈਂਗਸਟਰ ਅਤੇ ਨਸ਼ਿਆਂ ਵਾਲੇ। ਆਪਾਂ ਦੇਖਿਆ ਨਹੀਂ, ਹਰ ਤੀਜੇ ਚੌਥੇ ਦਿਨ ਕੋਈ ਚੋਰੀ ਦੀ ਵਾਰਦਾਤ, ਕੋਈ ਕਿਸੇ ਨਸ਼ਿਆਂ ਦਾ ਫੜਿਆ ਗਿਆ। ਜਿਹੜੀ ਈਜ਼ੀ ਮਨੀ ਕਮਾਉਣ ਦਾ ਚੱਕਰ ਸਾਡਾ, ਕੰਪੀਟੀਸ਼ਨ, ਚੋਰੀ, ਮਤਲਬ ਕਮਾਲ ਹੀ ਕਰ ਦਿੰਦੇ ਹਾਂ ਅਸੀਂ। ਫਿਰ ਜਿਹੜਾ ਕਾਨੂੰਨ ਤੋੜਨ ਦੀ ਜਦੋਂ ਤੱਕ ਪਰਵਾਹ ਨਹੀਂ ਕਰਦੇ ਅਸੀਂ,
ਆ ਹੁਣ ਇੱਕ ਤੁਸੀਂ ਪੜ੍ਹਿਆ ਹੀ ਹੈ, ਮੁੰਡਾ ਜਿਹੜਾ 16 'ਚ ਗਿਆ ਸੀ ਅਤੇ ਉਦੋਂ ਬਾਅਦ 19 'ਚ ਉਹਨੇ ਇਹੋ ਜਿਹਾ ਐਕਸੀਡੈਂਟ ਕੀਤਾ, ਦੋ ਮੁਹੰਮਦਨ ਲੇਡੀ ਮਾਮਾ ਧੀਆਂ ਮਾਰੀਆਂ ਸੀ ਅਤੇ ਉਹ ਕੈਦ ਕੱਟ ਰਿਹਾ ਹੁਣ ਬੈਠਾ। ਮਤਲਬ ਅਸੀਂ ਰੈੱਡ ਜਿਹੜੇ ਆ ਲਾਈਟ ਨੂੰ ਜੰਪ ਕਰਨ ਲੱਗੇ, ਮਾਣ ਮਹਿਸੂਸ ਕਰਦੇ ਹਾਂ ਉੱਥੇ ਵੀ। ਉਹ ਇਹ ਸਾਰਾ ਸਿਸਟਮ, ਫਿਰ ਮਹਿੰਗੀਆਂ ਘਰਾਂ ਲੈ ਲੈਂਦੇ ਹਾਂ, ਕਿਸ਼ਤਾਂ ਭਰਨੀ ਹੁੰਦੀ ਆ, ਫਿਰ ਰੌਲਾ ਰੱਪਾ। ਯਾਨੀ ਬਹੁਤ ਕੁਛ ਐਸਾ ਹੈ ਜਿਹਦੀ ਜ਼ਰੂਰਤ ਹੈ ਸਾਨੂੰ ਸਵੈ ਪੜਚੋਲ ਕਰਕੇ, ਅਸੀਂ ਬੱਚਿਆਂ ਨੂੰ ਸਹੀ ਗਾਈਡ ਕਰੀਏ। ਤਾਂ ਕੌਣ ਕਰੂਗਾ ਜੇ ਆਪਾਂ ਨਹੀਂ ਕਰਾਂਗੇ? ਅਤੇ ਕਰਨਾ ਚਾਹੀਦਾ ਉੱਥੇ। ਅਜੇ ਵੱਖਰੀ ਗੱਲ ਹੈ, ਗੁਰੂ ਘਰ ਬਣੇ ਨੇ, ਜਦੋਂ ਕੋਈ ਜਾਂਦਾ ਉਹਨਾਂ ਨੂੰ ਸੰਭਾਲਦੇ ਨੇ, ਰੋਟੀ ਪਾਣੀ ਦਿੰਦੇ ਨੇ, ਲੰਗਰ ਛਕਾਉਂਦੇ ਨੇ, ਇਹ ਸਾਰੀਆਂ ਗੱਲਾਂ ਠੀਕ ਨੇ। ਲੇਕਿਨ ਇਹ ਸਾਰੀਆਂ ਗਲਤੀਆਂ ਗੈਂਗਸਟਰ ਜਾਂ ਲੜਾਈ ਝਗੜੇ, ਗੈਂਗ ਬਾਰ, ਨਸ਼ਿਆਂ ਦੇ ਗਰੋਹ, ਚਲੋ ਮੈਂ ਕੱਟੜਵਾਦ ਦਾ ਜ਼ਿਕਰ ਨਹੀਂ ਕਰਦਾ, ਅਤੇ ਉਹਦੇ ਨਾਲ ਵੀ ਸਰਕਾਰ ਕਿਤੇ ਨਾ ਕਿਤੇ ਦੁਖੀ ਹੈ। ਉਹ ਇਸ ਸਾਰੇ ਸਿਸਟਮ ਦੇ ਵਿੱਚ ਅਸੀਂ ਹੁਣ ਨੁਕਸਾਨ ਉਠਾ ਰਹੇ ਹਾਂ। ਪਹਿਲਾਂ ਤਾਂ ਪਹਿਲਾਂ ਨੁਕਸਾਨ ਉਠਾਇਆ ਕਿ ਸਾਡਾ ਅਸੀਂ ਆ ਡੰਕੀ ਦੇ ਪੈਸੇ 50-50 ਲੱਖ ਦੇ ਰਹੇ ਹਾਂ, ਉਠਾ ਨਹੀਂ ਰਹੇ ਨੁਕਸਾਨ। ਪੰਜਾਬ ਦਾ ਪੈਸਾ ਬਾਹਰ ਜਾ ਰਿਹਾ ਗਲਤ ਕੰਮਾਂ ਲਈ। ਪਹਿਲਾਂ ਅੰਗਰੇਜ਼ੀ ਸਿੱਖਣ ਲਈ, ਅੰਗਰੇਜ਼ ਚਲੇ ਗਏ, ਅੰਗਰੇਜ਼ੀ ਸਾਡਾ ਕਰੋੜਾਂ ਅਰਬਾਂ ਦਾ ਵਪਾਰ ਕਰੀ ਜਾਂਦੀ ਹੈ ਪਿੱਛੇ। ਸੋ ਕਿਤੇ ਨਾ ਕਿਤੇ ਅੱਜ ਮੈਂ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਆਪਣੀਆਂ ਕਿਤਾਬਾਂ 'ਚ ਮੈਂ ਬਹੁਤ ਪਲੱਸ ਪੁਆਇੰਟ ਦੇਖੇ ਸੀ ਆਪਣੇ, ਖਾਸ ਤੌਰ 'ਤੇ ਕੈਨੇਡਾ ਦੇ, ਜਿਹੜੀ ਕੈਨੇਡਾ ਯਾਤਰਾ। ਅਤੇ ਅੱਜ ਮੈਂ ਤੁਹਾਨੂੰ ਨਾਲ ਸਿਰਫ ਜਦੋਂ ਅਸੀਂ ਸਵੈ ਪੜਚੋਲ ਕਰਦੇ ਹਾਂ, ਦੂਜਾ ਪੱਖ ਵੀ ਤਾਂ ਦੇਖਣਾ ਚਾਹੀਦਾ। ਅੱਜ ਮੈਂ ਤੁਹਾਡੇ ਨਾਲ ਦੂਜਾ ਪੱਖ ਸਾਂਝਾ ਕੀਤਾ ਕਿ ਸਾਨੂੰ ਇਹ ਵੀ ਦੇਖਣਾ ਚਾਹੀਦਾ ਕਿ ਸਾਡੀ ਛਵੀ, ਇਮੇਜ ਸਾਡੀ ਉਹ ਬਰਕਰਾਰ ਹੈ, ਚੰਗੀ ਹੈ। ਬਿਲਕੁਲ ਸਾਡੇ ਚੰਗੇ ਪੱਖ, ਲੰਗਰ ਲਾਉਣਾ ਲੋਕਾਂ ਨੂੰ, ਜਦੋਂ ਕੋਈ ਨੈਚੁਰਲ ਕੋਈ ਬਿਪਤਾ ਪੈਂਦੀ ਹੈ ਅਸੀਂ ਤਿਆਰ ਹੋਣੇ, ਸਾਰੀਆਂ ਗੱਲਾਂ ਸਾਡੀਆਂ ਚੰਗੀਆਂ ਨੇ। ਪਰ ਜਿਹੜੀਆਂ ਮੰਦੀਆਂ ਗੱਲਾਂ ਨੇ ਉਹਨਾਂ 'ਤੇ ਵੀ ਜੇ ਅਸੀਂ ਕਿਤੇ ਥੋੜ੍ਹੀ ਬਹੁਤੀ ਰੋਕ ਲਾ ਲਈਏ ਤਾਂ ਫਿਰ ਸਾਡਾ ਇਮੇਜ ਹੋਰ ਵੀ ਠੀਕ ਹੋਊਗਾ। ਅੱਜ ਇੰਨਾ ਹੀ, ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।